ब्रॉडवे तुहाडे विदेश जाण दे सुपनिआं नूं देवेगा हकीकत दी उड़ान। सत श्री अकाल दोस्तों, मैं अमरजीत ब्रॉडवे इमीग्रेशन सर्विसिज तो लगातार कोशिश हुंदी है इस चैनल दे जरिए यूके ਨੂੰ ਲੈ ਕੇ ਯੂ ਕੇ ਸਟੱਡੀ ਵੀਜ਼ਾ ਨੂੰ ਲੈ ਕੇ ਬੈਸਟ ਆਪਸ਼ਨਸ ਤੁਹਾਨੂੰ ਦਿੰਦੇ ਰਹੀਏ ਜਿਹਦੇ ਨਾਲ ਤੁਸੀਂ ਆਪਣਾ ਭਵਿੱਖ ਬਿਹਤਰ ਅਤੇ ਸਾਫ਼ ਕਰ ਸਕੋ। ਸੋ ਅੱਜ ਦੋ ਵੱਡੀਆਂ ਆਪਸ਼ਨਸ ਤੁਹਾਡੇ ਲਈ ਲੈ ਕੇ ਆਏ ਹਾਂ। ਨੰਬਰ 1 ਫੋਰ ਗ੍ਰੈਜੂਏਟ ਸਟੂਡੈਂਟਸ। ਸੋ ਜਿਹੜੇ ਬੱਚੇ ਗ੍ਰੈਜੂਏਟ ਹੈ, 10 ਸਾਲ ਤੱਕ ਦਾ ਗੈਪ ਅਸੈਪਟੇਬਲ ਹੈ। ਇੰਗਲਿਸ਼ ਦਾ ਸਕੋਰ ਮੈਟਰ ਨਹੀਂ ਕਰਦਾ, ਪਲੱਸ 2 'ਚ ਕਿੰਨਾ ਸੀਗਾ। ਆਈਲੈਟਸ ਨਹੀਂ ਚਾਹੀਦੀ, PT ਨਹੀਂ ਚਾਹੀਦੀ, ਟਾਈਫਲ ਨਹੀਂ ਚਾਹੀਦਾ, ਡੁਲਿੰਗੋ ਨਹੀਂ ਚਾਹੀਦਾ। ਕੀ ਚਾਹੀਦਾ? ਤੁਹਾਡੀ ਗ੍ਰੈਜੂਏਸ਼ਨ ਇੰਗਲਿਸ਼ ਮੀਡੀਅਮ 'ਚ ਹੋਈ ਹੋਣੀ ਚਾਹੀਦੀ ਹੈ। ਦੈਟ ਇਜ਼ ਅ ਵੈਰੀ ਫਸਟ ਕੰਡੀਸ਼ਨ ਕਿ ਤੁਹਾਡੀ ਗ੍ਰੈਜੂਏਸ਼ਨ ਇੰਗਲਿਸ਼ ਮੀਡੀਅਮ 'ਚ ਹੋਈ ਹੈ। ਸਿਰਫ ਯੂਨੀਵਰਸਿਟੀ ਦਾ ਇੰਟਰਵਿਊ ਨਹੀਂ ਹੋਊਗਾ, ਸਿੱਧਾ ਆਫਰ ਲੈਟਰ, ਕਾਸ, ਵੀਜ਼ਾ। ਸਿੰਪਲ, ਵੈਰੀ, ਇਸ ਤੋਂ ਸਿੰਪਲ ਪ੍ਰੋਸੈਸ ਕਿਸੇ ਬੱਚੇ ਨੂੰ ਨਹੀਂ ਮਿਲੂਗਾ, ਆਈ ਅਸ਼ਿਓਰ ਯੂ। ਆਫਰ ਲੈਟਰ, ਕਾਸ, 10 to 12 ਦਿਨ ਦੀ ਸਰਵਿਸ ਰਹੂਗੀ। ਠੀਕ ਹੈ ਜੀ, ਕੋਈ ਡਾਊਟ ਹੈ, ਕਨਫਿਊਜ਼ਨ ਹੈ, ਟੀਮ ਨਾਲ ਮਿਲ ਲਓ ਆ ਕੇ। ਯੂਨੀਵਰਸਿਟੀ ਕਾਲਜਿਸ ਦੇ ਮੈਂ ਨਾਮ ਹੁਣ ਇੱਥੇ ਨਹੀਂ ਦੱਸਿਆ ਕਰੂੰਗਾ, ਬਿਕੋਜ਼ ਫਿਰ ਉਹਦਾ ਬਹੁਤ ਸਾਰਾ ਮਿਸਯੂਜ਼ ਮਾਰਕੀਟ 'ਚ ਹੁੰਦਾ, ਕਿਉਂਕਿ ਇਹਨੂੰ ਇਕੱਲਾ ਸਟੂਡੈਂਟ ਨਹੀਂ, ਬਹੁਤ ਸਾਰਾ ਏਜੰਟ ਵੀ ਅੱਜ ਕੱਲ੍ਹ ਮੇਰੇ ਯੂਟਿਊਬ ਚੈਨਲ ਨੂੰ ਫੋਲੋ ਕਰਨ ਲੱਗ ਗਿਆ। ਸੋ ਪ੍ਰੋਡਕਟਸ ਨੂੰ ਲੈ ਕੇ ਬਹੁਤ ਮਿਸਕਨਸੈਪਸ਼ਨ ਕ੍ਰੀਏਟ ਕਰ ਦਿੰਦੇ ਆ। ਸੋ ਤੁਹਾਨੂੰ ਟੀਮ ਨਾਲ ਕੰਟੈਕਟ ਕਰਨਾ ਪਊਗਾ, ਆ ਕੇ ਮਿਲਣਾ ਪਊਗਾ, ਦੈਨ ਦੇ ਕਲੀਅਰ ਯੂ ਆਊਟ ਕਿ ਕਿਹੜੀ ਯੂਨੀਵਰਸਿਟੀ ਹੋਊਗੀ, ਕੀ ਲੋਕੇਸ਼ਨ ਹੋਊਗੀ, ਐਵਰੀਥਿੰਗ। ਸੈਕਿੰਡ ਵੱਡੀ ਆਪਸ਼ਨ, ਪਲੱਸ 2 ਸਟੂਡੈਂਟਸ, 48 hours ਦੇ ਵਿੱਚ ਤੁਸੀਂ ਆਪਣਾ ਆਫਰ ਲੈਟਰ ਬ੍ਰੌਡਵੇ ਨਾਲ ਲੈ ਸਕਦੇ ਹੋ। 48 hours ਦੇ ਵਿੱਚ, ਮਤਲਬ ਤੁਸੀਂ ਅੱਜ ਆਪਣਾ ਕੇਸ ਦਿੱਤਾ, ਆਪਣੇ ਪੂਰੇ ਡਾਕੂਮੈਂਟ ਦੇ ਤੇ, ਪੂਰੇ ਡਾਕੂਮੈਂਟ ਆਪਾਂ ਕਿਹਨੂੰ ਕਹਿੰਦੇ ਹਾਂ, 10 ਪਲੱਸ 2, ਅਗਰ ਕੋਈ ਗੈਪ ਹੈ ਤਾਂ ਉਹ ਗੈਪ ਦੇ ਐਵੀਡੈਂਸ, ਤੁਹਾਡਾ ਪਾਸਪੋਰਟ ਦੀ ਕਾਪੀ, ਤੁਹਾਡੇ ਪਲੱਸ 2 'ਚ ਘੱਟੋ ਘੱਟ 70% ਹੋਣੇ ਚਾਹੀਦੇ ਹੈ ਇੰਗਲਿਸ਼ ਦੇ। ਓਵਰਆਲ 50 to 60% ਵੀ ਅਸੈਪਟੇਬਲ ਹੋ ਜਾਣਗੇ। ਪੂਰੇ 48 hours 'ਚ ਤੁਹਾਨੂੰ ਆਫਰ ਲੈਟਰ ਤੁਹਾਨੂੰ ਮਿਲ ਜੂਗਾ, ਮਤਲਬ ਅੱਜ ਕੇਸ ਦੇਵੋਗੇ, ਕੱਲ੍ਹ ਦਾ ਦਿਨ ਛੱਡ ਕੇ ਪਰਸੋਂ ਤੁਹਾਡੇ ਕੋਲ ਆਫਰ ਲੈਟਰ ਹੋਊਗਾ। ਸੋ ਇਹ ਆਪਸ਼ਨਸ ਜਿਹੜੇ ਬੱਚੇ ਲੈਣਾ ਚਾਹੁੰਦੇ, ਔਰ ਜਨਵਰੀ ਇਨਟੇਕ 'ਚ ਹੀ ਦੇਵਾਂਗੇ, ਇਹ ਆਉਣ ਵਾਲੇ ਦਿਨਾਂ 'ਚ ਹੀ ਦੇਵਾਂਗੇ। ਔਰ ਇੰਟਰਵਿਊ ਯੂਨੀਵਰਸਿਟੀ ਦਾ ਜ਼ਰੂਰ ਹੋਊਗਾ, ਪਲੱਸ 2 ਵਾਲਿਆਂ ਦਾ, ਗ੍ਰੈਜੂਏਸ਼ਨ ਵਾਲਿਆਂ ਦੀ ਜਿਹੜੀ ਮੈਂ ਆਪਸ਼ਨ ਦਿੱਤੀ ਉਹਦੇ 'ਚ ਨਹੀਂ ਹੋਊਗਾ। ਸੋ ਬਿਲਕੁਲ ਵੀ ਇਹ ਮੌਕਾ ਔਰ ਸਮਾਂ ਮਿਸ ਨਹੀਂ ਕਰੋ, ਅਗਰ ਤੁਸੀਂ ਇੰਤਜ਼ਾਰ 'ਚ ਫਸੇ ਰਹੋਗੇ ਤਾਂ ਸਮਾਂ ਲੰਬਾ ਲੱਗਦਾ ਰਹੂਗਾ। ਇੱਥੇ ਆਪਣਾ ਲਵਾ ਫਟਾਫਟ ਕੇਸ ਅਪਲਾਈ ਕਰੋ ਔਰ ਵੀਜ਼ੇ ਲਵੋ। ਥੈਂਕ ਯੂ, ਸਤਿ ਸ਼੍ਰੀ ਅਕਾਲ। ਨਮਸਕਾਰ ਦੋਸਤੋ, ਜੋ ਦੋਸਤ ਬ੍ਰੌਡਵੇ ਇਮੀਗ੍ਰੇਸ਼ਨ ਕੀ ਸਰਵਿਸਿਜ਼ ਲੈਣਾ ਚਾਹਤੇ ਹੈ, ਵੋ ਕੈਸੇ ਹਮਾਰੇ ਸਾਥ ਕੰਟੈਕਟ ਕਰ ਸਕਤੇ ਹੈ, ਉਸਕੇ ਲੀਏ ਮੈਂ ਆਪਕੋ ਸ਼ੁਰੂ ਮੇਂ ਜ਼ਰੂਰ ਬਤਾਊਂਗਾ। ਸੋ ਯੂ ਜਸਟ ਹੈਵ ਟੂ ਫੋਲੋ 3 steps, ਅ ਸਿੰਪਲ 3 steps। ਨੰਬਰ 1, ਯੂ ਨੀਡ ਟੂ ਵਿਜ਼ਿਟ ਆਰ ਵੈਬਸਾਈਟ broadwaystudy.com। ਨੰਬਰ 2, ਯੂ ਨੀਡ ਟੂ ਫਿਲ ਅ ਫਾਰਮ, ਵੈਬਸਾਈਟ ਪੇ ਇੱਕ ਫਾਰਮ ਹੋਗਾ, ਯੂ ਹੈਵ ਟੂ ਫਿਲ ਯੋਰ ਨੇਮ, ਨੰਬਰ ਐਂਡ ਦ ਕੰਟਰੀ ਯੂ ਵਿਸ਼ ਟੂ ਟ੍ਰੈਵਲ। ਐਂਡ ਨੰਬਰ 3, उसके बाद जब आप फॉर्म सबमिट करेंगे, यू कैन सी आवर ऑनलाइन काउंसलर्स आउट देयर, यू कैन सेलेक्ट योर काउंसलर बाय जस्ट क्लिकिंग एनी वन ऑफ देम एंड द वीडियो कॉल विल स्टार्ट ऑटोमेटिकली। जैसे ही आप किसी एक काउंसलर के नाम पे क्लिक करेंगे, वो वीडियो कॉल अपने आप ऑटोमेटिकली स्टार्ट हो जाएगी। सो एनी वेयर फ्रॉम इंडिया, आउटसाइड इंडिया, यू विश टू टेक अ ब्रॉडवे इमिग्रेशन सर्विसेज, यू कैन अप्लाई विद अस ऑनलाइन फ्रॉम योर होम, फ्रॉम योर कंट्री। थैंक यू। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।